ਲੁਧਿਆਣਾ ਦੇ ਉਪਕਾਰ ਨਗਰ ਸਥਿਤ ਇਕ ਹਰਬਲ ਦਵਾਈਆਂ ਬਣਾਉਣ ਵਾਲੀ ਫੈਕਟਰੀ ਦੀ 2 ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਏ। ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਫੈਕਟਰੀ ਇਕ ਘਰ ਵਿਚ ਬਣਾਈ ਗਈ ਏ। ਅੱਗ ਸਭ ਤੋਂ ਪਹਿਲਾਂ ਨਿਚਲੀ ਇਮਾਰਤ ਤੋਂ ਸ਼ੁਰੂ ਹੋਈ ਤੇ ਉਸਨੇ ਦੂਸਰੀ ਮੰਜ਼ਿਲ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ। ਇਸ ਅੱਗ ਵਿਚ ਲੱਖਾਂ ਰੁਪਏ ਦੀ ਦਵਾਈਆਂ ਦਾ ਸਟਾਕ ਜਲ ਕੇ ਰਾਖ ਹੋ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਤਾਂ ਨਹੀਂ ਲੱਗ ਸਕਿਆ, ਸਿਰਫ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਅੱਗ ਸ਼ਾਰਟ ਸਰਕਿਟ ਹੋਣ ਦੇ ਕਾਰਨ ਲੱਗੀ ਅਤੇ ਇਸ ਅੱਗ ਨੂੰ ਬੁਝਾਉਣ ਸਮੇਂ ਇੱਕ ਸਿਲੰਡਰ ਵੀ ਬਲਾਸਟ ਹੋ ਗਿਆ। ਇੱਥੇ ਇੱਕ ਗੱਲ ਚੰਗੀ ਰਹੀ ਕਿ ਇਸ ਅੱਗ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਟੈਲੀਫੋਨ ਆਇਆ ਸੀਗਾ ਸ਼ਾਮੀ ਕਿ ਬਈ ਉਪਕਾਰ ਨਗਰ ਦੇ ਵਿੱਚ ਅੱਗ ਲੱਗੀ ਹੈ। ਅਸੀਂ ਜਦੋਂ ਗੱਡੀਆਂ ਲੈ ਕੇ ਇੱਥੇ ਪਹੁੰਚੇ ਤਾਂ ਅੱਗ ਲੱਗੀ ਸੀਗੀ ਅਤੇ 6 ਗੱਡੀਆਂ ਸਾਡੀਆਂ ਆ ਚੁੱਕੀਆਂ ਅਤੇ ਭਰ ਭਰ ਕੇ ਵਾਪਸ ਆ ਰਹੀਆਂ ਵਾ। ਕੋਈ 10 ਕੁ ਗੱਡੀਆਂ ਇਸ ਵੇਲੇ ਤੱਕ ਲੱਗ ਚੁੱਕੀਆਂ। ਇਹ ਇੱਕ ਘਰ ਹੀ ਹੈ, ਘਰ ਦੇ ਵਿੱਚ ਫੈਕਟਰੀ ਹੈ, ਨਾਲ ਲੱਗਦੀ ਨਾਲ ਹੀ ਫੈਕਟਰੀ ਹੈ, ਵਿੱਚ ਘਰ ਹੈ ਨਾਲ। ਇਹ ਦਵਾਈਆਂ ਦੀ ਫੈਕਟਰੀ ਹੈ, ਹਰਬਲ ਦਵਾਈਆਂ ਬਣਾਉਂਦੇ ਨੇ, ਉਹਦੀ ਫੈਕਟਰੀ ਹੈ ਉਪਕਾਰ ਨਗਰ ਦੇ ਵਿੱਚ। ਸਾਡੇ ਹਿਸਾਬ ਦੇ ਨਾਲ ਤਾਂ ਇੱਕ ਸਿਲੰਡਰ ਬਲਾਸਟ ਹੋਇਆ, ਲੇਕਿਨ ਇਹ ਕਹਿੰਦੇ ਨੇ ਕਿ ਬੈਟਰੀ ਬਲਾਸਟ ਹੋਈ ਹੈ, ਲੇਕਿਨ ਜਿੱਦਾਂ ਉਹ ਫਟਿਆ ਸੀਗਾ ਸਿਲੰਡਰ ਹੀ ਫਟ ਸਕਦਾ ਉੱਦਾਂ। ਨਹੀਂ, ਉਹ ਪੁੱਛਦੇ ਆ ਇਹਨਾਂ ਨੂੰ, ਹਜੇ ਪੁੱਛਿਆ ਨਹੀਂ ਆਪਾਂ ਨੇ ਕਿ ਲਈ ਹੈ ਕਿ ਨਹੀਂ ਲਈ। ਵੈਸੇ ਮੈਨੂੰ ਨਹੀਂ ਉਮੀਦ ਕਿ ਲਈ ਹੋਵੇ, ਕਿਉਂਕਿ ਇਹ ਬਿਲਕੁਲ ਘਰ ਦੇ ਨਾਲ ਹੀ ਹੈ, ਇੱਦਾਂ ਫੈਕਟਰੀ ਨੂੰ NOC ਦਿੱਤੀ ਨਹੀਂ ਜਾਂਦੀ। ਨਹੀਂ, ਜਾਨੀ ਨੁਕਸਾਨ ਨਹੀਂ ਹੋਇਆ ਕੋਈ ਵੀ। ਦਵਾਈਆਂ ਦੇ ਦਵਾਈਆਂ 'ਚ ਜਿਹੜੇ ਹਰਬਲ ਦਵਾਈਆਂ 'ਚ ਕੈਮੀਕਲ ਪੈਂਦੇ ਨੇ ਉਹੀ ਪਏ ਨੇ, ਆ ਬਾਹਰ ਪਏ ਆ। ਹੁਣ ਤਾਂ ਅੱਗ ਸਾਡੇ ਕੰਟਰੋਲ 'ਚ ਹੈ, ਲੇਕਿਨ ਉਹ ਸਿਰਫ ਅੱਗੇ ਦੀਵਾਰ ਹੈ, ਉਹਦੇ ਪਿੱਛੇ ਜਾਇਆ ਨਹੀਂ ਜਾ ਸਕਦਾ। ਹੁਣ ਰਸਤਾ ਦੇਖ ਲਿਆ ਸੀ, ਉੱਥੋਂ ਦੀ ਪਾਣੀ ਮਾਰਦੇ ਪਏ ਆ, ਬੁੱਝ ਜਾਏਗੀ। ਅੱਧਾ ਘੰਟਾ ਜਾਂ ਘੰਟਾ ਹੋਰ ਲੱਗੇਗਾ ਜ਼ਿਆਦਾ ਤੋਂ ਜ਼ਿਆਦਾ। ਜਿਹੜਾ ਤਾਂ ਕੋਠੀ ਹੈ ਉਹਦੀ ਤਾਂ ਗਰਾਊਂਡ ਪਲੱਸ 1 ਹੈ, ਉਹਦੇ ਨਾਲ ਹੀ ਫੈਕਟਰੀ ਹੈ। ਫੈਕਟਰੀ ਆਪਸ 'ਚ ਜੁਆਇਨ ਹੈ, ਫੈਕਟਰੀ ਅਤੇ ਘਰ ਵਿੱਚੋਂ ਜੁਆਇੰਟ ਹੈ। ਫੈਕਟਰੀ ਉਹਦੇ ਉੱਪਰ ਗਰਾਊਂਡ ਪਲੱਸ 2 ਹੈ। ਮਾਲਕ ਦਾ ਨਾਂ ਹਜੇ ਅਸੀਂ ਸਾਨੂੰ ਮਿਲਿਆ ਨਹੀਂ, ਮਾਲਕ ਨਾਂ ਅਸੀਂ ਪੁੱਛਿਆ, ਹਜੇ ਪੁੱਛਦੇ ਹਾਂ। ਨਹੀਂ, ਫੈਕਟਰੀ 'ਚੋਂ ਹੀ, ਫੈਕਟਰੀ ਔਰ ਘਰ, ਕਿਉਂਕਿ ਆਪਸ 'ਚ ਮਿਲੇ ਹੋਏ ਆ ਨਾ। ਓਕੇ ਜੀ, ਧੰਨਵਾਦ।